ਸਾਧ ਸੰਗਤ ਜੀ ਕੱਲ੍ਹ ਜਾਊਗੀ ਆਪਣੀ ਭੈਣ ਕੁਲਵਿੰਦਰ ਕੌਰ ਨੇ ਪੰਜਾਬੀਆਂ ਦਾ ਮਾਣ ਰੱਖਿਆ ਹੈ ਅਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ਼ ਜਾਂ ਕਿਸਾਨਾਂ ਦੇ ਖਿਲਾਫ਼ ਐਵੇਂ ਬੋਲਦੇ ਆ ਉਹਨਾਂ ਨੂੰ ਸਬਕ ਮਿਲਦਾ ਹੈ ਇਹਨਾਂ ਗੱਲਾਂ ਦੇ ਨਾਲ। ਅਤੇ ਬਾਕੀ ਸਾਧ ਸੰਗਤ ਜੀ ਅਸੀਂ ਕੱਲ੍ਹ ਵੀ ਜਾਣ ਲੱਗੇ ਸੀਗੇ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਹਾਂ ਕੁੜੀ ਨੂੰ, ਪਰ ਉਹ ਫਿਰ ਬਾਅਦ ਦੇ ਵਿੱਚ ਉਹ ਕੁੜੀ ਨੂੰ ਉਹਨਾਂ ਨੇ ਰਿਲੀਜ਼ ਕਰਤਾ ਸੀ ਅਤੇ ਜਿੰਨੇ ਨੂੰ ਅਸੀਂ ਗਏ ਹਾਂ ਜਾਣਾ ਸੀ। ਅਤੇ ਹੁਣ ਅਸੀਂ ਮੈਂ ਵਿਸ਼ਵਾਸ ਦਵਾਉਂਦਾ ਕਿ ਅਸੀਂ ਉਸ ਕੁੜੀ ਦੇ ਨਾਲ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਹੈ ਅਸੀਂ ਉਹਦਾ ਸਨਮਾਨ ਵੀ ਕਰਾਂਗੇ ਅਤੇ ਜੋ ਵੀ ਉਦੋਂ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਉਹਦੇ ਨਾਲ ਖੜਾਂਗੇ। ਸਾਧ ਸੰਗਤ ਜੀ ਕੱਲ੍ਹ ਜਾਊਗੀ ਆਪਣੀ ਭੈਣ ਕੁਲਵਿੰਦਰ ਕੌਰ ਨੇ ਪੰਜਾਬੀਆਂ ਦਾ ਮਾਣ ਰੱਖਿਆ ਹੈ ਅਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ਼ ਜਾਂ ਕਿਸਾਨਾਂ ਦੇ ਖਿਲਾਫ਼ ਐਵੇਂ ਬੋਲਦੇ ਆ ਉਹਨਾਂ ਨੂੰ ਸਬਕ ਮਿਲਦਾ ਹੈ ਇਹਨਾਂ ਗੱਲਾਂ ਦੇ ਨਾਲ। ਅਤੇ ਬਾਕੀ ਸਾਧ ਸੰਗਤ ਜੀ ਅਸੀਂ ਕੱਲ੍ਹ ਵੀ ਜਾਣ ਲੱਗੇ ਸੀਗੇ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਹਾਂ ਕੁੜੀ ਨੂੰ, ਪਰ ਉਹ ਫਿਰ ਬਾਅਦ ਦੇ ਵਿੱਚ ਉਹ ਕੁੜੀ ਨੂੰ ਉਹਨਾਂ ਨੇ ਰਿਲੀਜ਼ ਕਰਤਾ ਸੀ ਅਤੇ ਜਿੰਨੇ ਨੂੰ ਅਸੀਂ ਗਏ ਹਾਂ ਜਾਣਾ ਸੀ। ਅਤੇ ਹੁਣ ਅਸੀਂ ਮੈਂ ਵਿਸ਼ਵਾਸ ਦਵਾਉਂਦਾ ਕਿ ਅਸੀਂ ਉਸ ਕੁੜੀ ਦੇ ਨਾਲ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਹੈ ਅਸੀਂ ਉਹਦਾ ਸਨਮਾਨ ਵੀ ਕਰਾਂਗੇ ਅਤੇ ਜੋ ਵੀ ਉਦੋਂ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਉਹਦੇ ਨਾਲ ਖੜਾਂਗੇ। ਸਾਧ ਸੰਗਤ ਜੀ ਕੱਲ੍ਹ ਜਾਊਗੀ ਆਪਣੀ ਭੈਣ ਕੁਲਵਿੰਦਰ ਕੌਰ ਨੇ ਪੰਜਾਬੀਆਂ ਦਾ ਮਾਣ ਰੱਖਿਆ ਹੈ ਅਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ਼ ਜਾਂ ਕਿਸਾਨਾਂ ਦੇ ਖਿਲਾਫ਼ ਐਵੇਂ ਬੋਲਦੇ ਆ ਉਹਨਾਂ ਨੂੰ ਸਬਕ ਮਿਲਦਾ ਹੈ ਇਹਨਾਂ ਗੱਲਾਂ ਦੇ ਨਾਲ। ਅਤੇ ਬਾਕੀ ਸਾਧ ਸੰਗਤ ਜੀ ਅਸੀਂ ਕੱਲ੍ਹ ਵੀ ਜਾਣ ਲੱਗੇ ਸੀਗੇ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਹਾਂ ਕੁੜੀ ਨੂੰ, ਪਰ ਉਹ ਫਿਰ ਬਾਅਦ ਦੇ ਵਿੱਚ ਉਹ ਕੁੜੀ ਨੂੰ ਉਹਨਾਂ ਨੇ ਰਿਲੀਜ਼ ਕਰਤਾ ਸੀ ਅਤੇ ਜਿੰਨੇ ਨੂੰ ਅਸੀਂ ਗਏ ਹਾਂ ਜਾਣਾ ਸੀ। ਅਤੇ ਹੁਣ ਅਸੀਂ ਮੈਂ ਵਿਸ਼ਵਾਸ ਦਵਾਉਂਦਾ ਕਿ ਅਸੀਂ ਉਸ ਕੁੜੀ ਦੇ ਨਾਲ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਹੈ ਅਸੀਂ ਉਹਦਾ ਸਨਮਾਨ ਵੀ ਕਰਾਂਗੇ ਅਤੇ ਜੋ ਵੀ ਉਦੋਂ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਉਹਦੇ ਨਾਲ ਖੜਾਂਗੇ। ਸਾਧ ਸੰਗਤ ਜੀ ਕੱਲ੍ਹ ਜਾਊਗੀ ਆਪਣੀ ਭੈਣ ਕੁਲਵਿੰਦਰ ਕੌਰ ਨੇ ਪੰਜਾਬੀਆਂ ਦਾ ਮਾਣ ਰੱਖਿਆ ਹੈ ਅਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ਼ ਜਾਂ ਕਿਸਾਨਾਂ ਦੇ ਖਿਲਾਫ਼ ਐਵੇਂ ਬੋਲਦੇ ਆ ਉਹਨਾਂ ਨੂੰ ਸਬਕ ਮਿਲਦਾ ਹੈ ਇਹਨਾਂ ਗੱਲਾਂ ਦੇ ਨਾਲ। ਅਤੇ ਬਾਕੀ ਸਾਧ ਸੰਗਤ ਜੀ ਅਸੀਂ ਕੱਲ੍ਹ ਵੀ ਜਾਣ ਲੱਗੇ ਸੀਗੇ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਹਾਂ ਕੁੜੀ ਨੂੰ, ਪਰ ਉਹ ਫਿਰ ਬਾਅਦ ਦੇ ਵਿੱਚ ਉਹ ਕੁੜੀ ਨੂੰ ਉਹਨਾਂ ਨੇ ਰਿਲੀਜ਼ ਕਰਤਾ ਸੀ ਅਤੇ ਜਿੰਨੇ ਨੂੰ ਅਸੀਂ ਗਏ ਹਾਂ ਜਾਣਾ ਸੀ। ਅਤੇ ਹੁਣ ਅਸੀਂ ਮੈਂ ਵਿਸ਼ਵਾਸ ਦਵਾਉਂਦਾ ਕਿ ਅਸੀਂ ਉਸ ਕੁੜੀ ਦੇ ਨਾਲ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਹੈ ਅਸੀਂ ਉਹਦਾ ਸਨਮਾਨ ਵੀ ਕਰਾਂਗੇ ਅਤੇ ਜੋ ਵੀ ਉਦੋਂ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਉਹਦੇ ਨਾਲ ਖੜਾਂਗੇ। ਸਾਧ ਸੰਗਤ ਜੀ ਕੱਲ੍ਹ ਜਾਊਗੀ ਆਪਣੀ ਭੈਣ ਕੁਲਵਿੰਦਰ ਕੌਰ ਨੇ ਪੰਜਾਬੀਆਂ ਦਾ ਮਾਣ ਰੱਖਿਆ ਹੈ ਅਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ਼ ਜਾਂ ਕਿਸਾਨਾਂ ਦੇ ਖਿਲਾਫ਼ ਐਵੇਂ ਬੋਲਦੇ ਆ ਉਹਨਾਂ ਨੂੰ ਸਬਕ ਮਿਲਦਾ ਹੈ ਇਹਨਾਂ ਗੱਲਾਂ ਦੇ ਨਾਲ।
ਤੇ ਬਾਕੀ ਸਾਹ ਸਿੰਘ ਜੀ ਅਸੀਂ ਕੱਲ ਵੀ ਜਾਣ ਲੱਗੇ ਸੀਗੇ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ, ਪਰ ਉਹ ਫਿਰ ਬਾਅਦ ਦੇ ਵਿੱਚ ਕੁੜੀ ਨੂੰ ਉਹਨਾਂ ਨੇ ਰਿਲੀਜ਼ ਕਰਤਾ ਸੀ ਤੇ ਜਿੰਨੇ ਨੂੰ ਅਸੀਂ ਗਏ ਆ ਜਾਣਾ ਸੀ। ਤੇ ਹੁਣ ਅਸੀਂ ਮੈਂ ਵਿਸ਼ਵਾਸ ਦਵਾਉਂਦਾ ਕਿ ਅਸੀਂ ਉਸ ਕੁੜੀ ਦੇ ਨਾਲ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਉਹਦਾ ਸਨਮਾਨ ਵੀ ਕਰਾਂਗੇ ਤੇ ਜੋ ਵੀ ਉਦੋਂ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਉਹਦੇ ਨਾਲ ਖੜਾਂਗੇ। ਸਾਹ ਸੰਗਤ ਜੀ ਕੱਲ੍ਹ ਜੋ ਵੀ ਆਪਣੀ ਭੈਣ ਕੁਲਵਿੰਦਰ ਕੌਰ ਨੇ ਪੰਜਾਬੀਆਂ ਦਾ ਮਾਣ ਰੱਖਿਆ ਹੈ ਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ਼ ਜਾਂ ਕਿਸਾਨਾਂ ਦੇ ਖਿਲਾਫ਼ ਐਵੇਂ ਬੋਲਦੇ ਆ ਉਹਨਾਂ ਨੂੰ ਸਬਕ ਮਿਲਦਾ ਹੈ ਇਹਨਾਂ ਗੱਲਾਂ ਦੇ ਨਾਲ। ਤੇ ਬਾਕੀ ਸਾਹ ਸੰਗਤ ਜੀ ਅਸੀਂ ਕੱਲ੍ਹ ਵੀ ਜਾਣ ਲੱਗੇ ਸੀਗੇ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ, ਪਰ ਉਹ ਫਿਰ ਬਾਅਦ ਦੇ ਵਿੱਚ ਕੁੜੀ ਨੂੰ ਉਹਨਾਂ ਨੇ ਰਿਲੀਜ਼ ਕਰਤਾ ਸੀ ਤੇ